ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਡੀਓ ਦੇਖਣ ਵਿੱਚ ਆ ਰਹੀ ਹੈ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਉਸਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਹਦਾ ਦੱਸਿਆ ਜਾ ਰਿਹਾ ਕਿ ਗਦਰ 2 ਦੀ ਸ਼ੂਟਿੰਗ ਆ। ਅਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ, ਅਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ, ਜਿਹੜੀ ਕਿ ਇਤਰਾਜ਼ਯੋਗ ਆ ਗੁਰਦੁਆਰੇ ਦੇ ਅੰਦਰ, ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਅਤੇ ਉਸਦੇ ਨਾਲ ਦੀ ਨਾਲ ਜਿਹੜੇ ਕਿਨਾ ਗੱਤਕਾ ਵਾਲੇ ਜਿਹੜੇ ਸਿੰਘ ਹੈ ਉਹ ਉੱਥੇ ਉਹਨਾਂ ਦੇ ਆਲੇ ਦੁਆਲੇ ਗੱਤਕਾ ਕਰ ਰਹੇ ਹਨ। ਸੋ ਇਹ ਉਹਨਾਂ ਦਾ ਡਾਇਰੈਕਟਰ ਅਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ। ਜਿਸ ਤਰ੍ਹਾਂ ਦੀ ਉਹ ਗੱਲ ਕੀਤੀ, ਠੀਕ ਹੈ ਗੁਰਦੁਆਰਾ ਸਾਹਿਬ ਨੂੰ ਸਨਮਾਨ ਅਤੇ ਸਤਿਕਾਰ ਕੋਈ ਮਰਿਆਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਗੱਲ 'ਤੇ ਗੁਰਦੁਆਰਾ ਨੂੰ ਵੀ ਇਤਰਾਜ਼ ਹੈ ਅਤੇ ਜਿਹੜੇ ਸਿੰਘ ਗੱਤਕਾ ਕਰ ਰਹੇ ਨੇ ਉਹਨਾਂ 'ਤੇ ਵੀ ਇਸ ਗੱਲ ਦਾ ਇਤਰਾਜ਼ ਆ। ਅਸੀਂ ਇਹ ਚਾਹਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਸੋ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ 'ਤੇ ਜਿਹੜਾ ਕਿ ਦੋਸ਼ੀ ਪਾਇਆ ਜਾਣਾ ਚਾਹੀਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਡੀਓ ਦੇਖਣ ਵਿੱਚ ਆ ਰਹੀ ਹੈ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਉਸਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਹਦਾ ਦੱਸਿਆ ਜਾ ਰਿਹਾ ਕਿ ਗਦਰ 2 ਦੀ ਸ਼ੂਟਿੰਗ ਆ। ਅਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ, ਅਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ, ਜਿਹੜੀ ਕਿ ਇਤਰਾਜ਼ਯੋਗ ਆ ਗੁਰਦੁਆਰੇ ਦੇ ਅੰਦਰ, ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਅਤੇ ਉਸਦੇ ਨਾਲ ਦੀ ਨਾਲ ਜਿਹੜੇ ਗੱਤਕਾ ਵਾਲੇ ਜਿਹੜੇ ਸਿੰਘ ਹੈ ਉਹ ਉੱਥੇ ਉਹਨਾਂ ਦੇ ਆਲੇ ਦੁਆਲੇ ਗੱਤਕਾ ਕਰ ਰਹੇ ਹਨ। ਸੋ ਇਹ ਉਹਨਾਂ ਦਾ ਡਾਇਰੈਕਟਰ ਅਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ। ਜਿਸ ਤਰ੍ਹਾਂ ਦੀ ਉਹ ਗੱਲ ਕੀਤੀ, ਠੀਕ ਹੈ ਗੁਰਦੁਆਰਾ ਸਾਹਿਬ ਨੂੰ ਸਨਮਾਨ ਅਤੇ ਸਤਿਕਾਰ ਕੋਈ ਮਰਿਆਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਗੱਲ 'ਤੇ ਗੁਰਦੁਆਰਾ ਨੂੰ ਵੀ ਇਤਰਾਜ਼ ਹੈ ਅਤੇ ਜਿਹੜੇ ਸਿੰਘ ਗੱਤਕਾ ਕਰ ਰਹੇ ਨੇ ਉਹਨਾਂ 'ਤੇ ਵੀ ਇਸ ਗੱਲ ਦਾ ਇਤਰਾਜ਼ ਆ। ਅਸੀਂ ਇਹ ਚਾਹਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਸੋ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ 'ਤੇ ਜਿਹੜਾ ਕਿ ਦੋਸ਼ੀ ਪਾਇਆ ਜਾਣਾ ਚਾਹੀਦਾ।